ਬਾਲੀਵੁੱਡ ਦੀ ਫਿਲਮ ਸ਼ੂਟਰ ਜਿਸ ਦਾ ਟ੍ਰੇਲਰ ਆਇਆ ਅਤੇ ਉਸ ਤੋਂ ਬਾਅਦ ਇਹ ਫਿਲਮ ਵਿਵਾਦਾਂ ਦੇ ਵਿੱਚ ਆਈ, ਪਰ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ, ਕਿਉਂਕਿ ਸਰਕਾਰ ਦਾ ਇਹ ਕਹਿਣਾ ਸੀਗਾ ਕਿਤੇ ਨਾ ਕਿਤੇ ਇਹ ਫਿਲਮ ਸੁੱਖਾ ਗੈਂਗਸਟਰ ਨੂੰ ਪ੍ਰਮੋਟ ਕਰ ਰਹੀ ਹੈ ਅਤੇ ਗਨ ਕਲਚਰ ਨੂੰ ਵੀ ਪ੍ਰਮੋਟ ਕਰ ਰਹੀ ਹੈ। ਪਰ ਹੁਣ ਇਸ ਫਿਲਮ ਤੋਂ ਬੈਨ ਹਟਾ ਦਿੱਤਾ ਗਿਆ ਅਤੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ। ਫਿਲਮ ਦੇ ਵਿੱਚ ਸੁੱਚਾ ਦਾ ਕਿਰਦਾਰ ਨਿਭਾ ਰਹੇ ਉਰਫ ਬੀਜੇ ਰੰਧਾਵਾ ਨੇ, ਜੈ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਦੋ ਫੋਟੋਸ ਸ਼ੇਅਰ ਕੀਤੀਆਂ ਨੇ ਜਿਸ ਦੀ ਕੈਪਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਹੈ, ਸ਼ੇਅਰ ਕਰ ਦਿਓ ਆਪਣੇ ਸਾਰੇ ਦੋਸਤਾਂ ਨੂੰ, ਦੱਸ ਦਿਓ ਕਿ ਫਿਲਮ ਥੀਏਟਰ 'ਚ ਆ ਜਾਣੀ ਆ ਕੋਰੋਨਾ ਤੋਂ ਬਾਅਦ, ਸੋ ਜ਼ਰੂਰ ਦੇਖ ਕੇ ਆਇਓ। ਅਤੇ ਦੂਜੀ ਫੋਟੋ ਦੇ ਵਿੱਚ ਉਹ ਲਿਖਦੇ ਨੇ, ਸ਼ੂਟਰ ਵਿਲ ਬੀ ਇਨ ਥੀਏਟਰਸ ਆਫਟਰ ਕੋਰੋਨਾ, ਪਲੀਜ਼ ਸਾਥ ਦਿਓ ਅਤੇ ਫਿਲਮ ਥੀਏਟਰ ਵਿੱਚ ਦੇਖਿਓ, ਤੁਸੀਂ ਫਿਲਮ ਥੀਏਟਰ 'ਚ ਦੇਖ ਸਕੋ, ਇਸੇ ਲਈ ਤਾਂ ਇਹ ਲੜਾਈ ਲੜ ਰਹੇ ਹਾਂ, ਸਾਥ ਦਿਓ ਅਤੇ ਸਭ ਨੂੰ ਦੱਸ ਦਿਓ। ਯਾਨੀ ਕਿ ਜੈ ਰੰਧਾਵਾ ਨੇ ਸਾਫ਼ ਕਰ ਦਿੱਤਾ ਕਿ ਕੋਰੋਨਾ ਵਾਇਰਸ 'ਤੇ ਜਦ ਕਾਬੂ ਪਾ ਲਿੱਤਾ ਜਾਏਗਾ ਉਸ ਤੋਂ ਬਾਅਦ ਇਹ ਫਿਲਮ ਥੀਏਟਰਸ ਦੇ ਵਿੱਚ ਰਿਲੀਜ਼ ਕੀਤੀ ਜਾਏਗੀ। ਫਿਲਹਾਲ ਇਸ ਪੋਸਟ ਤੋਂ ਬਾਅਦ ਜੈ ਰੰਧਾਵਾ ਦੇ ਜੋ ਫੈਨਸ ਨੇ ਜਿਨ੍ਹਾਂ ਨੂੰ ਫਿਲਮ ਦਾ ਕਾਫ਼ੀ ਇੰਤਜ਼ਾਰ ਸੀਗਾ, ਉਹ ਕਾਫ਼ੀ ਖੁਸ਼ ਨਜ਼ਰ ਆ ਰਹੇ ਨੇ। ਫਿਲਹਾਲ ਦੇਖਣਾ ਹੁਣ ਇਹ ਹੋਵੇਗਾ ਕਿ ਸਰਕਾਰ ਕੋਰੋਨਾ ਵਾਇਰਸ 'ਤੇ ਕਦ ਆਪਣਾ ਕਾਬੂ ਪਾਏਗੀ ਅਤੇ ਫਿਰ ਇਹ ਫਿਲਮ ਰਿਲੀਜ਼ ਹੋਏਗੀ। ਤੁਹਾਨੂੰ ਫਿਲਮ ਦਾ ਕਿੰਨਾ ਕੁ ਇੰਤਜ਼ਾਰ ਹੈ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ। ਪਰ ਫਿਲਹਾਲ ਦੀ ਘੜੀ ਅਸੀਂ ਤੁਹਾਨੂੰ ਇਹੀ ਕਹਿੰਦੇ ਹਾਂ ਕਿ ਤੁਸੀਂ ਅਹਿਤਿਆਤ ਵਰਤੋ ਔਰ ਕੋਰੋਨਾ ਵਾਇਰਸ ਤੋਂ ਆਪਣਾ ਔਰ ਆਪਣੇ ਪਰਿਵਾਰ ਵਾਲਿਆਂ ਦਾ ਬਚਾਅ ਕਰੋ। All World Open Challenge 17-time gold medalist Mia Rafiq Mohammed, Pandit Maulvi Begum Tantrik, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648 84374 94648।